ਸਭ ਤੋਂ ਪਹਿਲਾਂ ਮੈਂ ਐਡਮਿੰਟਨ ਈਗਲ ਫੀਲਡ ਹਾਕੀ ਕਲੱਬ ਦੇ ਸਾਰੇ ਹੀ ਵਾਲੰਟੀਅਰਸ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਸਮਰ ਦੇ ਵਿੱਚ ਬਹੁਤ ਹੀ ਮਿਹਨਤ ਦੇ ਨਾਲ ਇੱਕ ਸਮਰ ਕੈਂਪ ਬੱਚਿਆਂ ਦੇ ਲਈ ਔਰ ਸਕਿੱਲ ਕੈਂਪ ਬੱਚਿਆਂ ਦੇ ਲਈ ਔਰਗਨਾਈਜ਼ ਕੀਤਾ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹਾਂ ਇੱਥੇ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਬੱਚੇ ਇਕੱਠੇ ਹੋਏ ਆ ਔਰ ਅੱਜ ਦੀ ਉਹ ਜੋ ਈਵਨਿੰਗ ਹੈ ਇਹਨਾਂ ਨੇ ਬੱਚਿਆਂ ਨੂੰ ਅਪਰੀਸ਼ੀਏਟ ਕਰਨ ਦੇ ਲਈ ਔਰ ਮੈਡਲ ਡਿਸਟ੍ਰੀਬਿਊਸ਼ਨ ਦੇ ਲਈ ਇਹ ਔਰਗਨਾਈਜ਼ ਕੀਤੀ ਆ ਸੋ ਸਾਰੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਜਿਨ੍ਹਾਂ ਨੇ ਕਿ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪ੍ਰੈਕਟਿਸਾਂ 'ਤੇ ਲੈ ਕੇ ਗਏ ਔਰ ਉਹਨਾਂ ਦੇ ਨਾਲ ਹਾਰਡ ਵਰਕ ਕੀਤਾ ਕਿ ਉਹ ਫੀਲਡ ਹਾਕੀ ਦੀ ਗੇਮ ਦੇ ਵਿੱਚ ਅੰਗੇਜ ਰਹਿਣ ਸੋ ਲੱਖ ਲੱਖ ਵਧਾਈ ਉਹਨਾਂ ਸਾਰੇ ਬੱਚਿਆਂ ਨੂੰ ਲੱਖ ਲੱਖ ਵਧਾਈ ਪੰਨੂ ਸਾਹਿਬ ਤੁਹਾਨੂੰ ਜਿਹੜੇ ਕਿ ਤੁਸੀਂ ਬਹੁਤ ਹੀ ਗੁੱਡ ਇਸ ਕੰਮ ਦੇ ਵਿੱਚ ਤੁਸੀਂ ਲੀਡਰਸ਼ਿਪ ਲੈ ਰਹੇ ਹਾਂ ਹੋਰ ਵੀ ਕਮਿਊਨਿਟੀ ਕੰਮਾਂ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ ਔਰ ਸਪੈਸ਼ਲੀ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਤੁਸੀਂ ਯੂਥ ਦੇ ਲਈ ਬਹੁਤ ਹੀ ਵਧੀਆ ਇੱਕ ਉਪਰਾਲਾ ਕਰ ਰਹੇ ਹਾਂ ਸੋ ਔਨ ਬਿਹਾਫ ਆਫ ਮਾਈਸੈਲਫ ਔਰ ਪ੍ਰੀਮੀਅਰ ਐਂਡ ਆਲ ਆਫ ਮਾਈ ਕੋਲੀਗਸ ਫਰੋਮ ਦੀ ਅਲਬਰਟਾ ਲੈਜਿਸਲੇਚਰ ਆਈ ਵੁੱਡ ਲਾਈਕ ਟੂ ਵਿਸ਼ ਈਚ ਐਂਡ ਐਵਰੀ ਮੈਂਬਰ ਆਫ ਐਡਮਿੰਟਨ ਫੀਲਡ ਹਾਕੀ ਕਲੱਬ ਅ ਵੈਰੀ ਵੈਰੀ ਸਕਸੈਸਫੁਲ ਫਿਊਚਰ ਐਂਡ ਅ ਵੈਰੀ ਵੈਰੀ ਸਕਸੈਸਫੁਲ ਦਿਸ ਈਵਨਿੰਗ ਅਸੀਂ ਸਮੇਂ ਸਮੇਂ 'ਤੇ ਜਿਹੜੇ ਵੀ ਇਹ ਕੈਂਪ ਲਗਾਉਂਦੇ ਹਾਂ ਉਹਨਾਂ ਦੇ ਵਿੱਚ ਸਾਨੂੰ ਕਮਿਊਨਿਟੀ ਦਾ ਬਹੁਤ ਸਹਿਯੋਗ ਮਿਲਦਾ ਹੈਗਾ ਔਰ ਉਹਦੇ 'ਚ ਸਾਡੇ ਕਈ ਸਪੌਂਸਰ ਹੈ ਜਿਹੜੇ ਬੱਚਿਆਂ ਨੂੰ ਸਪੌਂਸਰ ਕਰਦੇ ਆ ਸਾਨੂੰ ਯੂਨੀਫਾਰਮਸ ਵਗੈਰਾ ਲੈ ਕੇ ਦਿੰਦੇ ਆ ਇਕੁਪਮੈਂਟ ਲੈ ਕੇ ਦਿੰਦੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਇਹ ਸਾਰੀ ਜਿਹੜੀ ਹੈਗਾ ਸਕਸੈਸ ਦਾ ਸਿਹਰਾ ਜਾਂ ਜਿਹੜੀ ਸਫਲਤਾ ਦਾ ਸਿਹਰਾ ਜਿਹੜਾ ਹੈਗਾ ਉਹ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਕੋਚਾਂ ਨੂੰ ਵਲੰਟੀਅਰ ਨੂੰ ਅਤੇ ਜਿਹੜੇ ਹੈਗੇ ਸਾਡੇ ਸਪੌਂਸਰ ਅਤੇ ਸਪੈਸ਼ਲੀ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ MLA ਨਰੇਸ਼ ਭਾਰਦਵਾਜ ਦਾ ਕਿਉਂਕਿ ਇਹਨਾਂ ਨੇ ਸਾਨੂੰ ਗਾਈਡ ਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਵਤਨ TV ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਅਸ਼ੋਕ ਜੀ ਹੁਣੀ ਹਰਜੀਤ ਸੰਧੂ ਜੀ ਹੁਣੀ ਜਿਹੜੇ ਹਰ ਵਾਰ ਕਮਿਊਨਿਟੀ ਦੇ ਹਰ ਇਵੈਂਟ ਨੂੰ ਕਵਰ ਕਰਦੇ ਆ ਔਰ ਉਸ ਤੋਂ ਬਾਅਦ ਮੈਂ ਸੁਖਦਰਸ਼ਨ ਸਿੰਘ ਪੰਨੂ ਹੁਣਾਂ ਨੂੰ ਮੁਬਾਰਕਾਂ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਇੰਨੇ ਵਧੀਆ ਐਫਰਟਸ ਕਰਦੇ ਆ ਸਾਡੀ ਕਮਿਊਨਿਟੀ ਵਾਸਤੇ ਐਡਮਿੰਟਨ ਈਗਲ ਫੀਲਡਸ ਹਾਕੀ ਕਲੱਬ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਆ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਮੈਂ ਵਧਾਈਆਂ ਦਿੰਦਾ ਹਾਂ ਔਰ ਪੇਰੈਂਟਸ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ ਅਤੇ ਜਿਹੜੇ ਉਹਨਾਂ ਦਾ ਸਹਿਯੋਗ ਦੇ ਰਹੇ ਆ ਸਪੌਂਸਰਸ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਹਨਾਂ ਦੇ ਕਲੱਬ ਨੂੰ ਸਹਿਯੋਗ ਦੇ ਰਹੇ ਆ ਔਰ ਮੇਰੀ ਹਰ ਵਾਰ ਦੀ ਤਰ੍ਹਾਂ ਇਹੀ ਅਪੀਲ ਹੁੰਦੀ ਆ ਕਮਿਊਨਿਟੀ ਅੱਗੇ ਕਿ ਜੋ ਵੀ ਕਮਿਊਨਿਟੀ ਵਾਸਤੇ ਸਾਡੇ ਫਿਊਚਰ ਵਾਸਤੇ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਵਧੀਆ ਕਦਮ ਚੁੱਕਦੇ ਆ ਸਾਡਾ ਸਾਰਿਆਂ ਦਾ ਇੱਕ ਨਿੱਜੀ ਫਰਜ਼ ਬਣਦਾ ਕਿ ਅਸੀਂ ਉਹਨਾਂ ਸਾਰਿਆਂ ਦਾ ਸਹਿਯੋਗ ਦੇਈਏ ਕਿਉਂਕਿ ਉਹ ਜਿਹੜੇ ਵੀ ਔਰਗਨਾਈਜ਼ਰਸ ਵਾ ਉਹ ਸਾਡੇ ਬੱਚਿਆਂ ਵਾਸਤੇ ਕਰ ਰਹੇ ਆ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਕਰ ਰਹੇ ਆ ਅਤੇ ਸਾਨੂੰ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਆ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰੀ ਨਹੀਂ ਹੈ ਕਿ ਫਾਈਨੈਂਸ਼ੀਅਲੀ ਜਿਹੜੇ ਮੇਰੇ ਵੀਰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਆ ਪਲੀਜ਼ ਜ਼ਰੂਰ ਕਰਨ ਅਗਰ ਨਹੀਂ ਤਾਂ ਟੂਰਨਾਮੈਂਟ 'ਤੇ ਜਾ ਕੇ ਉਹਦੇ ਰੌਣਕ ਨੂੰ ਵਧਾ ਕੇ ਵਲੰਟੀਅਰਿੰਗ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹਰ ਬੰਦਾ ਇੰਡੀਵਿਜੁਅਲੀ ਜ਼ਰੂਰ ਸਹਿਯੋਗ ਦੇ ਸਕਦਾ ਆ ਔਰ ਸਾਨੂੰ ਸਹਿਯੋਗ ਜ਼ਰੂਰ ਦੇਣਾ